ਪਰ ਕਛੂ ਨਾ ਹੋ ਤੋ ਪਾਏ ਕਹੋ ਨਾਨਕਾ ਓਟ ਹਰ ਗੱਜ ਜਿਉਂ ਹੋ ਸਾ। ਬਲ ਹੋਆ ਤੁਹਾਡੇ 'ਚ ਬਲ ਹੈ, ਸਾਰੇ ਬੰਧਨਾਂ ਨੂੰ ਤੋੜਨ ਵਾਲੇ ਆਪ ਹੀ ਕਿਆ ਥੇ ਬਲ ਹੋਏ ਰਗ ਰਬ ਵੀਰ। ਦਸ਼ਰਥ ਦੇ ਪੁੱਤਰਾਂ ਵਿੱਚੋਂ ਰਾਮ ਜੀ ਨੂੰ ਅਗਰ ਰਾਜ ਤਿਲਕ ਮਿਲਿਆ, ਪਹਿਲਾਂ ਇਸ ਤੋਂ ਕਥਾ ਵਿਸ਼ਵਾਮਿੱਤਰ ਜੀ ਰਾਕਸ਼ਾਂ ਨੂੰ ਮਾਰਨ ਵਾਸਤੇ, ਉਹ ਵੀ ਗੁਰੂ ਹੀ ਸੀ, ਵਿਸ਼ਿਸ਼ਟ ਵੀ ਗੁਰੂ ਸੀ, ਵਿਸ਼ਵਾਮਿੱਤਰ ਸ਼ਾਸਤਰ ਗੁਰੂ ਸੀ ਰਾਮ ਜੀ ਦਾ, ਵਿਸ਼ਿਸ਼ਟ ਗੁਰੂ ਬ੍ਰਹਮ ਗਿਆਨ ਦਾ ਦਾਤਾ ਸੀ। ਭਾਵੇਂ ਅਵਤਾਰ ਆਏ ਉਹਨਾਂ ਨੂੰ ਵੀ ਗੁਰੂ ਧਾਰਨੇ ਪਏ, ਸਾਡੇ ਗੁਰੂਆਂ ਨੂੰ ਗੁਰੂ ਧਾਰਨੇ ਪਏ। ਗੱਜ ਕੇ ਬੋਲੋ ਸਤਨਾਮ, ਪ੍ਰਤੱਖ ਹੈ ਸਾਹਮਣੇ ਪੜ੍ਹੋ ਜਰਾ, ਨਾਨਕ ਗੁਰ ਤੇ ਗੁਰ ਹੋਆ ਵੇਖੋ ਜੇ ਤਿਸੈ ਕੀ ਰਜ਼ਾਏ। ਦੇਖ ਲਓ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਵੀ ਨਿਰੰਕਾਰ ਨੂੰ ਗੁਰੂ ਧਾਰਨ ਕੀਤਾ, ਉਹਨਾਂ ਤੋਂ ਗੁਰੂ ਅੰਗਦ ਦੇਵ ਲੈਣਾ ਜੀ ਨੂੰ ਦੂਜਾ ਨਾਨਕ ਬਣਾਇਆ ਗਿਆ। ਅੰਗਦ ਦੇਵ ਕੁੜਮ ਸੀ ਅਮਰਦਾਸ ਜੀ ਦੇ, ਕੁੜਮਾਚਾਰੀ ਲੋਕ ਲਾਜ, ਕੁੱਲ ਲਾਜ, ਬੇਦ ਲਾਜ, ਤਿੰਨੇ ਲੱਜਾਂ ਤੋੜ ਕੇ ਖਤਮ ਕਰਕੇ ਸਿੱਖ ਬਣ ਕੇ ਪਾਣੀ ਢੋ ਕੇ 72 ਸਾਲ ਦੀ ਅਵਸਥਾ ਜਗਾਗਰ ਸ਼ੁਰੂ ਕੀਤੀ, 84ਵੇਂ ਸਾਲ ਜਾ ਕੇ ਗੁਰਗੱਦੀ ਦੀ ਪ੍ਰਾਪਤੀ ਹੋਈ। ਨਾਨਕ ਗੁਰ ਤੇ ਗੁਰ ਹੋਆ ਤੋ ਵਿਸ਼ਵਾਮਿੱਤਰ ਗੁਰੂ ਇੱਕ ਦਫ਼ਾ ਪਹਿਲੇ ਲੈ ਗਏ, ਅਜੇ ਜੁਵਾ ਅਵਸਥਾ ਸੀ, ਰਾਮ ਅਤੇ ਲਕਸ਼ਮਣ ਨੂੰ, ਤੁਹਾਡੇ ਘਰ ਜੋਤ ਹੈ, ਭਾਵੇਂ ਮੈਂ ਗੁਰੂ ਹਾਂ, ਮੈਂ ਸ਼ਾਸਤਰ ਵਿੱਦਿਆ ਸਿਖਾਉਣ ਵਿੱਚ ਕਾਮਯਾਬ ਹਾਂ, ਮਗਰ ਮੇਰੇ ਜੱਗ ਵਿੱਚ ਰਾਕਸ਼ ਲੋਕ ਹੱਡ ਚੰਮ ਤਨ ਮਾਸ ਸ਼ਰਾਬਾਂ ਆਦਿ ਕਬਾਬਾਂ ਸਿੱਟ ਜਾਂਦੇ ਨੇ, ਵਿਘਨ ਪਾਉਂਦੇ ਨੇ, ਇਹ ਰਾਕਸ਼ਾਂ ਦਾ ਵੱਧ ਕਰਨ ਵਾਲੀ ਜੋਤ ਤੁਹਾਡੇ ਘਰ ਆਈ ਹੋਈ ਹੈ। ਜੈ ਸ੍ਰੀ ਰਾਮ। ਇਉਂ ਕਹਿੰਦੇ ਆਪਾਂ ਦੋਸ਼ੀ ਬਣਦੇ ਹਾਂ, ਅੱਜ ਸ਼ਰ੍ਹਾਂ ਬਹੁਤ ਦੂਰ ਹੈ, ਅੱਜ ਬਹੁਤ ਗਾਂ ਲੰਘ ਚੁੱਕੀ, ਅੱਜ ਵਿਦਵਤਾ ਦੀ ਗੱਲ ਨਹੀਂ ਕੋਈ ਕਰਦਾ, ਗਹਿਰਾਈ ਡੂੰਘਾਈ ਦੀ ਗੱਲ ਨਹੀਂ, ਅੱਜ ਬਹੁਤ ਸਮਾਂ ਹੋਰ ਹੈ, ਅੱਜ ਤਾਂ ਐਂ ਕਹੀਦਾ ਇਹ ਪਤਾ ਨਹੀਂ ਸੰਗਤ ਦਾ ਰਿਣ ਕਿੰਨਾ ਕੁ ਦੇਣਾ, ਨਹੀਂ ਤਾਂ ਚੁੱਪ ਕਰਕੇ ਇਕਾਂਤ ਬੈਠ ਜੀ, ਅੱਜ ਸਮਾਂ ਆਗਿਆ ਨਹੀਂ ਦਿੰਦਾ, ਸਮਾਂ ਆਊਗਾ, ਪਰ ਇਸ ਸਮੇਂ ਦੀ ਉਡੀਕ, ਸਾਧੂ ਸਤਿਯੁਗ ਬੀਤਿਆ ਵਕਤ ਗੁਜ਼ਾਰਨ ਪਿੰਨੀ ਸਾਗੈ, ਹੁਣ ਆ ਜਿੰਨੀਆਂ ਮਠਿਆਈਆਂ ਨੇ, ਜਿਤਨੇ ਬੀਜ ਨੇ, ਕੀ ਸਰਕਾਰ ਤੱਕ ਨਹੀਂ ਪਤਾ, ਕੀ ਸਾਡੇ ਮਿਨਿਸਟਰਾਂ ਨੂੰ ਨਹੀਂ ਪਤਾ,
ਵੀ ਇਹਨਾਂ 'ਚ ਯੂਰੀਆ ਰਲਦਾ, ਬਿਓਰ ਰਲਦੀ ਹੈ, ਦਵਾਈਆਂ ਰਲਦੀਆਂ ਨੇ, ਇਹਨਾਂ ਨੇ ਬਿਮਾਰੀ ਪੈਦਾ ਕਰ ਦਿੱਤੀ, ਕਿਸੇ ਵਿੱਚ ਉੱਠਣ ਦੀ ਸੱਤਿਆ ਨਹੀਂ ਰਹੀ। ਇਹ ਬੰਦ ਨਹੀਂ ਕਰ ਸਕਦੇ, ਜਾਣ 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 ਬਿਮਾਰੀਆਂ। ਤੁਸੀਂ ਵੀ ਇੱਧਰ ਹੱਥ ਮਾਰ ਲਿਓ, ਇਹ ਵੀ ਦੇਖ ਲੈਣ ਸਭ ਦੇ ਗੀਜਿਆਂ 'ਚ ਦਵਾਈਆਂ ਪਾਈਆਂ ਨੇ ਜੀ, ਡਾਕਟਰ ਤੋਂ ਦਵਾਈ ਚੱਲਦੀ ਹੈ ਜੀ, ਤੁਹਾਡੇ ਵਿੱਚੋਂ ਵੀ ਕੋਈ ਹੋ, ਸਭ ਦੀ ਦਵਾਈ ਚੱਲਦੀ ਹੈ, ਕਿਉਂ ਚੱਲ ਰਹੀ ਹੈ? ਅੱਜ ਕਲਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਧਰਮ ਖੰਭ ਲਾ ਕੇ ਉੱਡ ਗਿਆ। ਰਾਜਿਆਂ ਦਾ ਹਾਲ ਕੀ ਹੈ? ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਝੂਠ ਮੱਸਿਆ ਦੀ ਰਾਤ ਵਾਂਗੂ ਕਾਲਾ, ਸੱਚ ਚੰਦਰਮਾ ਮੱਸਿਆ ਦੀ ਰਾਤ ਨੂੰ ਦੀਪਮਾਲਾ ਨੂੰ ਚੰਦਰਮਾ ਨਹੀਂ ਦਿਖੂਗਾ। ਬੋਲਿਓ, ਤੁਹਾਤੇ ਸਤਨਾਮ ਵੀ ਨਹੀਂ ਕਿਹਾ ਜਾਂਦਾ ਹੈ, ਮੈਂ ਕਿਹੜੀ ਅਵਸਥਾ 'ਚ ਆ ਬੋਲਣ ਵਾਲੇ ਨਾ, ਫਿਰ ਐਂ ਹੀ ਸਹੀ ਜਾਣ ਗਏ, ਕੋਈ ਸੱਤਿਆ ਹੀ ਨਹੀਂ ਰਹੀ। ਬੋਲੂ ਕੌਣ? ਸ਼ਕਤੀ, ਜਿਹਦੇ ਵਿੱਚ ਸ਼ਕਤੀ ਹੋਵੇਗੀ, ਰੱਬੀ ਤਾਕਤ ਦੀ ਗੱਲ ਹੈ। ਸਾਧੂ ਸਜਗ ਬੀਤਿਆ, ਉਸ ਵੇਲੇ ਬਜ਼ੁਰਗ ਪਿੰਨੀ ਸਾਗ 'ਤੇ ਗੁਜ਼ਾਰਾ ਕਰਦੇ ਸਾਧੂ, ਉਹ ਪਿੰਨੀ ਸਾਗ 'ਤੇ ਗੁਜ਼ਾਰਾ ਕਰਦੇ ਸਾਧੂ, ਮੇਰੇ ਪਿਆਰੇ ਸਾਧੂ ਸਤਿਯੁਗ ਦੇ, ਕਰਦੇ ਸਾਧੂ ਸਤਿਯੁਗ ਦੇ।
ਸੰਗਤਾਂ ਵਿੱਚ ਸਾਧੂ ਸਾਜੁਗ ਬੀਤਿਆ ਸਾਧੂਆਂ ਨੂੰ ਮੇਰੇ ਮੈਂ ਹੋਰ ਗੱਲਾਂ ਤਾਂ ਬਹੁਤ ਨੇ ਆ ਐਵੇਂ ਬਡਰੁੱਖਾ ਨਗਰ ਸਤਿਕਾਰ ਨਾ ਕਰਦਾ ਬਾਬਾ ਕਾਹਨਦਾਸ ਜੀ ਦਾ। ਆ ਦੇਖੋ ਜੇ ਗਜਾ ਵੀ ਲਿਆਏ ਕੋਈ ਗੱਲ ਨਹੀਂ, ਦੋ ਮੰਨੀ ਕਦੀ ਕੋਈ ਬਣਾ ਲਈ ਆਟਾ ਸਿਰ ਤੌੜੀ ਕੋਲ ਰੱਖੀ ਹੁੰਦੀ ਉਹਨਾਂ ਦੇ, ਮਾਲ ਚੁੱਕਦੇ ਹੁੰਦੇ ਡੰਗਰ, ਏਰ ਨੇ ਗੋਹੇ ਚੁੱਕ ਲਿਆਉਣੇ ਚੁੱਕ ਕੇ ਧੂਣੇ ਦੇ ਰੂਪ ਵਿੱਚ, ਦੋ ਇੱਟਾਂ ਇੱਧਰ ਧਰਲੀਆਂ ਨੇ ਡਲੇ ਹੀ ਧਰ ਲਏ ਉੱਤੇ ਉੱਤੇ ਕੀ ਰੱਖਤਾ ਤੌੜੀ, ਏਰ ਨੇ ਗੋਹੇ। ਲਓ ਜੀ ਉਹਨਾਂ ਦੇ ਸਬਜ਼ੀ ਭਾਜੀ, ਮੈਂ ਇਹਦਾ ਪ੍ਰਮਾਣ ਵਿੱਚੇ ਕਰ ਦੇਣਾ ਹੁਣੇ, ਪਖੜੇ ਦਾ ਅਤੇ ਚਿਲਾ ਤੁਸੀਂ ਉੱਥੋਂ ਲਿਆਓ ਜਿੱਥੇ ਰਿਓ ਨਾ ਪੈਂਦਾ ਹੋਵੇ। ਇਹ ਤਾਂ ਨਹੀਂ ਕਿਸੇ ਦਾ ਬੀਜਿਆ, ਪਖੜਾ ਅਤੇ ਚਿਲਾ ਔਰ ਉਹਨਾਂ 'ਚੋਂ ਇੱਕ ਚੀਜ਼ ਦਾ ਸਾਗ ਚੀਰ ਲੈਣੇ, ਕੋਈ ਮਿਰਚ ਮਸਾਲਾ ਨਹੀਂ ਪਾਉਣਾ। ਅੱਜ ਤੁਸੀਂ ਇਹ ਸਲਾਦ ਹੈ, ਸਲਾਦ ਡਾਕਟਰ ਨੇ ਕਿਹਾ, ਗੱਜ ਕੇ ਬੋਲੋ। ਪ੍ਰਸ਼ਾਦ ਦੇਖ ਲੈਂਦੇ ਵੀ ਔਖੇ ਨੇ ਜੀ, ਮੈਨੂੰ ਉਹ ਬਿਮਾਰੀਆਂ ਦਾ ਕਾਨੂੰਨ ਨਾ ਲਵਾਂ ਜੀ, ਡਾਕਟਰ ਨੇ ਮਿੱਠਾ ਬੰਦ ਕੀਤਾ ਫਲਾਣਾ, ਮੈਂ ਤਾਂ ਹੁਣ ਬਸ 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 ਹੋ ਰਹੀ ਹੈ। ਸਲਾਦ 'ਤੇ ਆ ਗਏ ਹੋ ਕਿ ਨਹੀਂ ਆਏ? ਉਹਦੇ ਵਿੱਚ ਵੀ ਅਜੇ ਜ਼ਹਿਰ ਹੈ, ਪਰ ਇਹ ਰਾਜਸਥਾਨ 'ਚ ਮਿਲਦੀ ਹੈ ਵਸਤੂ, ਬਸ ਓਨਲੀ। ਇੱਧਰ ਜਿੱਥੇ ਤੱਕ ਹਰਿਆਣੇ ਦੀ ਹੱਦ ਹੈ, ਜਿੱਥੇ ਤੱਕ ਰਿਓ ਪੈਂਦਾ ਉੱਥੇ ਤੱਕ ਇਹ ਵਿਓ ਹੈ, ਅੱਗੇ ਅੰਮ੍ਰਿਤ ਦਾ ਰੂਪ ਹੈ। ਪਖੜਾ, ਪਖੜੇ ਦਾ ਸਾਗ ਚੀਰ ਲਿਆ, ਕੁੱਟ ਲਿਆ, ਕੁੱਟੇ ਲਿਆ ਪੱਥਰ ਨਾਲ, ਔਰ ਪਾਥੀਆਂ ਹੇਠਾਂ ਗੋਹਾ ਏਰ ਨੇ ਠੰਡਾ, ਤੌੜੀ ਨੇ ਉਬਾਲੀ ਜਾਣੇ ਅੱਗੇ ਹਾਰਿਆਂ 'ਚ, ਤੌੜੀਆਂ 'ਚ ਲੱਲਾ ਭੱਬਾ ਬਣਦਾ ਸੀ ਦਾਲਾਂ। ਆਮ ਮਾਈਆਂ ਨੇ ਕਹਿਣਾ ਦਾਲਾਂ ਦਾ ਟਾਈਮ ਹੋ ਗਿਆ, ਮਾਲ ਆ ਗਿਆ, ਦਾਲਾਂ ਦਾ ਟਾਈਮ ਹੋ ਗਿਆ, ਰੱਖ ਦਿਉ। ਹੁਣ ਉਹ ਸ਼ਬਦ ਉੱਡ ਗਏ ਆਕਾਸ਼ ਨੂੰ, ਉੱਡ ਗਏ। ਫਿਰ ਚਿੜਾ ਉਹ ਕੁੱਟ ਲਿਆ, ਇੱਕ ਠੀਕਰਾ ਏਰ ਨੇ ਗੋਹਿਆਂ 'ਤੇ ਰੱਖ ਦਿੱਤਾ, ਉਹਦੇ 'ਤੇ ਕੁੱਟ ਕੇ ਟਿੱਕੀ ਇੱਕ ਹੱਥੋਂ ਬਣਾ ਲਈਆਂ। ਹੱਦ ਉਹ ਜਿਹੜਾ ਆਟਾ ਉਹ ਕਿਸੇ ਸਾਧੂ ਸੰਤ ਨੂੰ ਦੇ ਦੇਣਾ, ਵਿੱਚ ਪਾ ਲਿਆ, ਹੋਰ ਨਹੀਂ ਕੁਛ ਲੈਣਾ। ਪਾਣੀ ਗਰਮ ਹੈ, ਨਿੰਮ ਕੁੱਟ ਲਈ, ਘੋਟ ਕੇ ਵਿੱਚ ਪਾ ਲਈ। ਆ ਸਾਧੂਆਂ ਦਾ ਮੈਂ ਹਾਲ ਦੇਖਦਾ ਰਿਹਾ, ਮੈਂ ਵੀ ਰੀਸ ਕਰਦਾ ਰਿਹਾ ਕੁਛ, ਪਰ ਮੈਥੋਂ ਉੱਤੋਂ ਦੀ ਗੱਲ ਹੋ ਗਈ।
ਚਿੜਾ ਤੇ ਪੱਖੜਾ, ਕੀ ਇਹ ਸਲਾਦ ਨਹੀਂ? ਤੁਹਾਡੇ ਵਾਲੇ ਸਲਾਦ ਵਿੱਚ ਅਜੇ ਵਿਉਹ ਪੈਂਦੀ ਹੈ, ਰਿਉ ਪੈਂਦੇ ਨੇ, ਉਹ ਨਹੀਂ ਪੂਰਾ ਕੰਮ ਕਰਦਾ। ਆ ਜਿੱਥੇ ਨਾ ਪੈਂਦਾ ਹੋਵੇ ਇੱਥੇ ਅੰਮ੍ਰਿਤ ਹੈ। ਇਹੋ ਜਿਹਾ ਜੈਸਾ ਖਾਏ ਅੰਨ ਤੈਸਾ ਹੋਏ ਮਨ, ਗੱਜ ਕੇ ਬੋਲੋ ਵਾਹਿਗੁਰੂ। ਤੁਸੀਂ ਰਜੋਗ ਵਿਗੁਣੀ ਬਿਰਤੀ ਦੇ ਪਦਾਰਥ ਛਕੋ ਜੀ, ਇੰਨੇ ਨੇ ਥਾਲੇ 'ਚ ਲੱਗੀਆਂ ਪਲੇਟਾਂ, ਬਸ ਪਲੇਟਾਂ ਜਿਹੜੀਆਂ ਛਕੀਆਂ ਨੇ ਉਹ ਇਹੋ ਜਿਹਾ ਮਨ ਹੋ ਹੀ ਜਾਣਾ। ਮੈਂ ਤ੍ਰੇਤੇ ਰਾਮ, ਹੁਣ ਇੱਧਰ ਕੋੜਾ ਮਾਵਤ ਸੱਚ ਚੰਦਰਮਾ ਦਿਸੈ ਨਾਹੀਂ ਖੈ ਚੜਿਆ, ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਸੱਚ ਵਾਲਾ ਕਾਲ ਪੈ ਗਿਆ, ਕੂੜ ਵਰਤ ਗਿਆ ਸਾਰੇ, ਅੱਜ ਕੂੜ ਫਿਰੈ ਪ੍ਰਧਾਨ ਵੇ ਲਾਲੋ। ਜਿੱਥੇ ਜ਼ਿਆਦਾ ਝੂਠ ਬੋਲੋ ਪ੍ਰਧਾਨ ਹੈ, ਉਹਨੂੰ ਪ੍ਰਧਾਨ ਬਣਾਓ ਜਿਹੜਾ ਜ਼ਿਆਦਾ ਝੂਠ ਬੋਲੂਗਾ। ਪ੍ਰਧਾਨਗੀ ਅੱਜ ਕਿਹਦੀ ਹੈ ਕਹਿ ਦਿਓ, ਤੁਹਾਨੂੰ ਫਾਹੇ ਤਾਂ ਨਹੀਂ ਲਾਉਂਦੇ, ਛਡਾਉਂਦੇ ਹੀ ਆ। ਤ੍ਰੇਤਾ ਵਿਸ਼ਵਾਮਿੱਤਰ ਨਾਲ ਜਾਣਾ, ਰਾਕਸ਼ਾਂ ਦਾ ਦਬ ਦਾਹ ਕਰਨਾ, ਮੁੜ ਸਵੰਬਰ ਵਿੱਚ ਮਹਾਰਾਜਾ ਜਨਕ ਦੇ ਮਿਥਲਾਪੁਰੀ ਵਿੱਚ ਜਾਣਾ। ਸਵੰਬਰ ਅੱਠ ਪ੍ਰਕਾਰ ਦੇ ਮਨੋ ਜੀ ਨੇ ਵਿਆਹ ਲਿਖੇ ਨੇ, ਮਨ ਪਾਉਂਦਾ ਪਤੀ ਚੁਣਨਾ, ਆਨਲਾਈਨ ਬੰਨ ਕੇ ਉਹਨੂੰ ਸਵੰਬਰ ਕਿਹਾ ਜਾਂਦਾ। ਮਹਾਰਾਜਾ ਜਨਕ ਦੀ ਸਪੁੱਤਰੀ ਸੀ ਜਾਨਕੀ, ਸੀਤਾ ਮਾਤਾ ਕਹਿੰਦੇ ਹੋ, ਗੱਜ ਕੇ ਬੋਲੋ ਮਨ ਪਾਉਂਦਾ ਪਤੀ ਚੁਣ ਵਾਲਾ ਸਵੰਬਰ, ਕਿਤਨੇ ਰਾਜੇ ਮਹਾਰਾਜੇ।